ਜੇਲ੍ਹ சுரੰਗ ਕਾਂਡ ਦੇ ਮਾਮਲੇ 'ਚ આરોપી ਜਗਤਾਰ ਸਿੰਘ ਤਾਰੀ ਤੇ ਲਿਖਤੀ કબੂਲਨਾਮੇ ਨੇ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਇਸ ਲਿਖਤੀ કબੂਲਨਾਮੇ 'ਚ ਕੁਝ ਐਜ ਜੋ ਹੈ ਰਾਜ਼ ਚੁਪੇ ਨੇ ਜਿਸ ਨੇ ਭਾਰਤ ਅੰਦਰ ਅਣਗਿਣਤ ਪਾਈਚਾਰੇ ਪ੍ਰਤੀ ਬੇਪਰੋਸੀ ਦੀ ਲਹਿਰ ਦੇਖਣ ਨੂੰ ਮਿਲੀ ਹੈ ਜਗਤਾਰ ਸਿੰਘ ਤਾਰੀ ਵੱਲੋਂ ਅਦਾਲਤ ਨੂੰ ਲਿਖੇ ਇਸ કબੂਲਨਾਮੇ 'ਚ ਇੱਕ ਵਾਰ ਫੇਰ ਸੰਸਰੀ ਪੈਦਾ ਕਰ ਦਿੱਤੀ ਜਗਤਾਰ ਸਿੰਘ ਤਾਰੀ ਨੇ ਇਸ કબੂਲਨਾਮੇ 'ਚ ਸਿੱਕਾ ਨਰ ਸਿੰਘ ਘਾਰ 1984 ਦੰਗੇ ਆਤਵਾਦੀ ਦੇ ਨਾਮ ਤੇ ਹਜ਼ਾਰ ਸਿੱਖ ਨੌਜਵਾਨਾਂ ਨੂੰ ਜੇਲ੍ਹ ਅੰਦਰ ਤਸੱਦ ਦੇ ਕੇ ਮਾਰਨਾ ਅਰੇ ਸਿੱਖ ਮਹਿਲਾਵਾਂ ਨਾਲ ਪੁਲਿਸ ਵੱਲੋਂ ਕਿਤੇ ਦੁਰਵਿਵਹਾਰ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਜਗਤਾਰ ਸਿੰਘ ਤਾਰੇ ਨੇ ਇਸ ਕਬੂਲਨਾਮੇ 'ਚ ਆਪਣੀ ਧਾਰਮਿਕ ਜਜ਼ਬਾਤਾਂ ਅਤੇ ਗੁਰੂ ਸਾਹਿਬ ਵੱਲੋਂ ਦਿਖਾਏ ਗਏ ਮਾਰਨਕ ਪਾਰੇ ਜੱਜਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਗਾਂਧੀਗਿਰੀ ਦੇ ਨਹੀਂ ਬਲਕਿ ਦਸ਼ਮੇਸ਼ ਪਿਤਾ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਲੋਂ ਜ਼ਬਰ ਜ਼ੁਲਮ ਤੇ ਵਿਰੋਧ ਲੜਨ ਦੇ ਤਰਸਾਏ ਮਾਰਗ ਤੇ ਚੱਲਣ ਪ੍ਰਸੰਦ ਕਰਦੇ ਹਨ ਕਿਉਂਕਿ ਕਿਉਂਕਿ ਇਹ ਜਏ ਦੇਸ਼ ਦੀ ਅਦਾਲਤਾਂ ਵਿੱਚ ਸਿੱਖਾਂ ਨੂੰ ਇੰਨੇ ਜ਼ਬਰ ਜ਼ੁਲਮ ਸਹਿਣ ਤੋਂ ਬਾਅਦ ਇਨਸਾਫ ਨਹੀਂ ਮਿਲਿਆ ਜਗਤਾਰ ਸਿੰਘ ਤਾਰੀ ਦੇ ਇਸ ਕਬੂਲਨਾਮੇ ਨੇ ਇੱਕ ਵਾਰ ਫਿਰ ਸਿਸਟਮ ਤੇ ਸਵਾਲ ਖੜੇ ਕਰਕੇ ਆਪਣੀ ਵੱਖਰੀ ਚਰਚਾ ਛੇੜ ਦਿੱਤੀ ਹੈ ਤੁਸੀਂ ਬਾਰੇ ਆਪਣੇ ਕਮੈਂਟ ਕਰਿਓ ਅਤੇ ਨਾਲ ਹੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਮਾਮਲਾ ਘੱਟ ਗਿਣਤੀ ਦੇ ਇਨਸਾਫ ਨਾਲ ਜੁੜਿਆ ਹੋਇਆ ਹੈ। ਬੀ ਐਮ ਗੁਰੂ ਜੀ ਵਰਸ਼ਿਕ ਕਰਨ ਸਪੈਸ਼ਲਿਸਟ 21 ਸਾਲ ਦੀ ਤਪੱਸਿਆ ਦੇ ਨਾਲ ਤੁਹਾਡੀ ਹਰ ਇੱਕ ਮੁਸ਼ਕਿਲ ਦਾ ਹੋਵੇਗਾ ਸਮਾਧਾਨ ਸਿਰਫ ਔਰ ਸਿਰਫ 11 ਘੰਟੇ ਦੇ ਵਿੱਚ ਬਿਜ਼ਨਸ ਦੇ ਵਿੱਚ ਹੋਵੇ ਰੁਕਾਵਟ ਪਤੀ ਪਤਨੀ ਦੇ ਵਿੱਚ ਹੋਵੇ ਅਨੁਭਵ ਲਵ ਮੈਰਿਜ ਦਾ ਹੋਵੇ ਮੈਟਰ ਤੇ ਭਾਵੇਂ ਮੈਂ ਫਰੈਂਡ ਦਾ ਜ਼ਮੀਨੀ ਵਿਵਾਦ ਵਿਦੇਸ਼ੀ ਯਾਤਰਾ ਦੇ ਵਿੱਚ ਹੋਵੇ ਰੁਕਾਵਟ ਹਰ ਇੱਕ ਮੁਸ਼ਕਿਲ ਦਾ ਹੋਵੇਗਾ ਸਮਾਧਾਨ ਸਿਰਫ ਔਰ ਸਿਰਫ 11 ਘੰਟੇ ਦੇ ਵਿੱਚ ਸੰਪਰਕ ਕਰੋ 6377767679 ਬੀ ਐਮ ਗੁਰੂ ਜੀ ਵਸ਼ਿਕਰਨ ਸਪੈਸ਼ਲਿਸਟ ਹਰ ਇੱਕ ਮੁਸ਼ਕਿਲ ਦਾ ਸਮਾਧਾਨ ਸਿਰਫ 11 ਘੰਟੇ ਦੇ ਵਿੱਚ